ਆਪਣਾ ਪੂਰਾ ਨਾਮ ਤੇ ਐਡਰੈਸ ਦੱਸੋ। ਨਾਮ ਆਪਣਾ ਜਗਦੀਪ ਸਿੰਘ ਹੈ ਜੀ। ਅੱਛਾ ਜੀ। ਪਿੰਡ ਸਲਾਰਾ ਜੀ। ਠੀਕ ਹੈ। ਜ਼ਿਲ੍ਹਾ ਮਲੇਰਕੋਟ ਦਾ ਡਿਸਟ੍ਰਿਕਟ ਸੰਗਰੂਰ ਦਾ। ਜਿਹੜੇ ਤੁਹਾਡੇ ਹੱਥ ਦੇ ਵਿਚਾਰ ਚ ਜੀ ਹਰਪਲ ਬੁੱਟ ਦਾ ਪ੍ਰੋਡਕਟ ਹੈ। ਤੁਸੀਂ ਇਹ ਕਿਹੜੀ ਫਸਲ ਦੇ ਉੱਤੇ ਵਰਤਿਆ? ਅਸੀਂ ਇਹ ਜੀ ਤੇ ਵਰਤਿਆ ਜੀ ਝੋਨੇ ਦੇ। ਅੱਛਾ ਜੀ। ਤੁਸੀਂ ਕਿੰਨੇ ਏਕੜ ਦੀ ਖੇਤੀ ਕਰਦੇ ਹੋ? ਅਸੀਂ ਜੀ ਤਕਰੀਬਨ 20 ਏਕੜ ਦੀ ਖੇਤੀ ਕਰਦੇ ਹਾਂ। ਅੱਛਾ। ਕਿੰਨੀ ਜਗ੍ਹਾ ਤੇ ਇਹਨੂੰ ਵਰਤਿਆ ਤੁਸੀਂ? ਅਸੀਂ ਨੇ ਸਮਝ ਲਓ ਵੀ ਤੁਸੀਂ ਬਸ 4 ਕਿੱਲੇ ਤੋਂ ਬਿਨਾ ਸਾਰੇ ਦੀ ਵਰਤਿਆ ਜੀ। ਯਾਨੀ 16 ਏਕੜ ਤੇ ਤੁਸੀਂ ਪਾਇਆ? 16 ਏਕੜ ਤੇ ਪਾਇਆ ਜੀ। ਸੁਣੋ, 16 ਏਕੜ ਦੇ ਵਿੱਚ ਕੀ ਇਹਦਾ ਰਿਜ਼ਲਟ ਮਿਲਿਆ? ਸਾਨੂੰ ਰਿਜ਼ਲਟ ਇਹ ਮਿਲਿਆ ਜੀ ਕਿ ਸਾਡੇ ਡੋਡੀ ਬਹੁਤ ਪੈਂਦੀ ਸੀ। ਅੱਛਾ। ਹਰ ਸਾਲ ਜਣੀ ਡੋਡੀ, ਹਰਦੀ ਹਰਦੀ ਦਾਣਾ ਖਰਾਬ ਹੋ ਜਾਂਦਾ ਜੀ। ਠੀਕ ਹੈ। ਮੰਡੀ ਜਾਂਦੇ ਹਾਂ। ਹਾਂਜੀ। ਤਕਰੀਬਨ ਇਹੀ ਪ੍ਰੋਬਲਮ ਆਉਂਦੀ ਸੀ ਵੀ ਇਹਦਾ ਇਹ ਬਦਰੰਗਾ ਝੋਨਾ। ਠੀਕ ਹੈ। ਵੀ ਸਾਨੂੰ ਉਹ ਪ੍ਰੋਬਲਮ ਨਹੀਂ ਹੈਗੀ, ਭੋਰਾ ਵੀ ਕਿਤੇ ਸਾਡੇ ਡੋਡੀ ਹੈ ਨਹੀਂ। ਬਿਲਕੁਲ ਠੀਕ ਜੀ। ਉਦੋਂ ਇਲਾਵਾ ਕੋਈ ਹੋਰ? ਹੋਰ ਵੀ ਜਿਵੇਂ ਹੁਣ ਕਾਲਾ ਦਾਣਾ ਜ਼ਿਆਦਾ ਹੋ ਜਾਂਦਾ ਸੀ, ਉਹ ਪ੍ਰੋਬਲਮ ਨਹੀਂ ਹੈਗੀ ਵੀ ਕਾਲਾ ਦਾਣਾ ਬੜਾ ਜ਼ਿਆਦਾ ਹੈ। ਠੀਕ ਹੈ ਜੀ। ਇਹੋ ਜਿਹਾ ਕੋਈ ਨੁਕਸਾਨ ਸਾਡੇ ਹੈ ਨਹੀਂ, ਜਿੰਨਾ ਡੇ ਹੈ ਜਿੰਨੇ ਅਸੀਂ ਪਾਈ ਜਾਣੀ। ਤਕਰੀਬਨ ਯਾਨੀ ਤੁਹਾਨੂੰ ਆ ਲੱਗਾ ਬਹੁਤ ਵਧੀਆ ਰਿਹਾ? ਹਾਂ, ਵਧੀਆ ਰਿਜ਼ਲਟ ਸੀ। ਫਿਰ ਅਸੀਂ ਨੇ ਉਸ ਤੋਂ ਬਾਅਦ ਸਾਰੀ ਸਪਰੇਅ ਕਰੀ ਜੀ। ਅੱਛਾ ਜੀ। ਪਹਿਲਾਂ ਆਪਣੀ ਇੱਕ ਸਪਰੇਅ ਕਰੀ, ਇੱਕ ਹੁਣ ਹਫ਼ਤਾ ਕੁ ਹੋ ਗਿਆ ਫਿਰ ਸਪਰੇਅ ਕਰੀ ਜਾਣੀ, ਜਦੋਂ ਇਹ ਦੱਸਿਆ ਸੀ ਅਨੁਸਾਰ ਸਮਝ ਲਓ ਛੱਟਾ ਬਾਹਰ ਆ ਕੇ ਜਦ ਕਰੀ। ਠੀਕ ਹੈ ਜੀ। ਯਾਨੀ ਹੁਣ ਤੁਹਾਨੂੰ ਆਪਦੇ ਤੇ ਵਧੀਆ ਬਹੁਤ ਵਧੀਆ ਰਿਜ਼ਲਟ ਮਿਲਿਆ। ਕੀ ਤੁਸੀਂ ਆਉਣ ਵਾਲੀਆਂ ਫਸਲਾਂ ਚ ਇਹਨੂੰ ਵਰਤੋਂਗੇ? ਹਾਂ ਜੀ, ਜ਼ਰੂਰ ਵਰਤਾਂਗੇ। ਕਣਕ ਲਈ ਵਰਤਾਂਗੇ, ਜਿਵੇਂ ਕਹਿੰਦੇ ਬੀਜ ਤੁਸੀਂ ਕਹਿੰਦੇ ਵੀ ਲਾ ਕੇ ਬੀਜੋ, ਲਾਵਾਂਗੇ ਸਾਰੀ ਨੂੰ ਲਾਵਾਂਗੇ। ਠੀਕ ਹੈ। ਚਲੋ, ਇੰਨੀਆਂ ਗੱਲਾਂ ਕਹਿੰਦੇ ਬਹੁਤ ਬਹੁਤ ਧੰਨਵਾਦ। ਅੱਛਾ।